ਤੁਸੀਂ ਕਈ ਦਿਨਾਂ ਤੋਂ ਕਹੀ ਜਾਂਦੇ ਸੀਗੇ ਵੀ ਸਾਨੂੰ ਸਸਤਾ ਘਰ ਸਸਤੀ ਕੋਠੀ ਚਾਹੀਦੀ ਹੈ ਤੇ ਆਪਾਂ ਤੁਹਾਡੇ ਖਾਤਰ ਜਮਾ ਕੋਠੀ ਵਾਂਗੂ ਬਣਿਆ ਹੋਇਆ ਬਹੁਤ ਵਧੀਆ ਰਜਿਸਟਰੀ ਵਾਲੀ ਜਗ੍ਹਾ ਸਿਰਫ ਰੇਟ 15 ਲੱਖ ਰੁਪਈਆ ਤੇ ਜਗ੍ਹਾ ਆਪਾਂ ਨੂੰ ਮਿਲੂਗੀ 6 ਮਰਲੇ ਜਮਾ ਨਮਾ ਬਣਿਆ ਹੋਇਆ ਦੇਖੋਗੇ ਤੁਸੀਂ ਕੋਠੀ ਨੂੰ ਪਿੱਛੇ ਛੱਡਦਾ ਗੱਲ ਕਰਾਂਗੇ ਆਪਾਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 73800 ਪੂਰਾ 26173 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਮਕਾਨ ਕਰਕੇ ਸਭੀ ਏਰੀਆ 'ਚ ਹੈ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜਲਦੀ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੁਹਾਡੇ ਸਾਰੇ ਮੈਂ ਕਮੈਂਟ ਚੈੱਕ ਕੀਤੇ ਸੀਗੇ ਤੇ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਮੈਂ ਆਹ ਜਿਹੜਾ ਘਰ ਲੈ ਕੇ ਪਹੁੰਚਿਆ ਤੇ ਫਰੰਟ ਦੇਖੋ ਤੁਸੀਂ ਦੇਖਣ ਦੇ ਵਿੱਚ ਫਰੰਟ ਬਹੁਤ ਚੰਗਾ ਹੈ ਤੇ ਸਾਰਾ ਜਿਹੜਾ ਆ ਘਰ ਨਕਸ਼ੇ ਤੇ ਇਹਨਾਂ ਨੇ ਬਣਾਇਆ ਹੋਇਆ ਤੇ ਫਰੰਟ ਡਿਜ਼ਾਈਨ ਮੈਨੂੰ ਬਹੁਤ ਚੰਗਾ ਲੱਗਾ ਬਾਕੀ ਮੇਨ ਗੱਲ ਵੀ ਰਜਿਸਟਰੀ ਵਾਲੀ ਜਗ੍ਹਾ ਚ ਰੇਟ ਵੀ ਬਹੁਤ ਘੱਟ ਇਹਨਾਂ ਨੇ ਲਾ ਕੇ ਭੇਜ ਰੇਟ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਵੀ 15 ਲੱਖ ਰੁਪਿਆ ਇਹਨਾਂ ਨੇ ਮੰਗ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਹੋ ਜਾਊਗਾ ਤੇ 6 ਮਰਲੇ ਜਗ੍ਹਾ ਹੈ ਤੇ ਫਰੰਟ ਤੇ 17 ਫੁੱਟ ਦਾ ਆਪਾਂ ਨੂੰ ਰੋਡ ਮਿਲੂਗਾ ਜੀ ਤੇ ਸਾਰਾ ਕੁਝ ਹੀ ਵਧੀਆ ਬਾਕੀ ਵੀਡੀਓ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਭੇਜੀ ਆ ਫਰੰਟ ਦੇ ਉੱਪਰ ਇਹਨਾਂ ਨੇ ਕਾਫੀ ਜਗ੍ਹਾ ਵੀ ਛੱਡੀ ਹੋਈ ਆ ਆਪਾਂ ਨੂੰ ਡਰਾਇੰਗ ਰੂਮ ਮਿਲ ਜੂਗਾ ਇੱਕ ਬਾਹਰਲੀ ਸਾਈਡ ਹੀ ਇਹਦੇ ਡਬਲ ਗੇਟ ਆਪਾਂ ਨੂੰ ਮਿਲ ਜਾਣਗੇ ਇੱਕ ਤਾਂ ਲੋਬੀ ਚੋਂ ਤੇ ਇੱਕ ਆਪਣਾ ਬਾਹਰਲੀ ਸਾਈਡ ਤੋਂ ਜੇ ਆਪਾਂ ਨੀਚੋਂ ਗੱਲ ਕਰੀਏ ਤਾਂ ਫਰਸ਼ ਆਪਾਂ ਨੂੰ ਵਧੀਆ ਲੱਗਿਆ ਹੋਇਆ ਮਿਲ ਜੂਗਾ ਬਾਕੀ ਜੋੜੀਆਂ ਵਗੈਰਾ ਲਗੀਆਂ ਹੋਈਆਂ ਨੇ 메ਨ ਗੇਟ ਬਹੁਤ ਚੰਗਾ ਲੱਗਿਆ ਹੋਇਆ ਬਾਕੀ ਜਿਹੜੀ ਬਾਹਰਲੀ ਕੰਧ ਹੈ ਉਥੇ ਡਿਜ਼ਾਈਨ ਬਹੁਤ ਚੰਗਾ ਇਹਨਾਂ ਨੇ ਬਣਾਇਆ ਹੋਇਆ ਹੈ ਰੰਗ ਸਾਰਾ ਮਕਾਨ ਆਪਾਂ ਨੂੰ ਕੀਤਾ ਕਰਾਇ ਮਿਲ ਜੂਗਾ ਮਕਾਨ ਘਟ ਕੋਠੀ ਜ਼ਿਆਦਾ ਛੇ ਬਾਕੀ ਆਹ ਹੈ ਜੀ ਆਪਾਂ ਨੂੰ ਲੋਬੀ ਏਰੀਆ ਮਿਲ ਜੂਗਾ ਉਧਰਲੀ ਸਾਈਡ ਆ ਤਾਂ ਤੁਸੀਂ ਪੋਰਚ ਏਰੀਆ ਦੇਖ ਰਹੇ ਹੋ ਤੇ ਆ ਗਿਆ ਜੀ ਲੋਬੀ ਦਾ ਮੈਨ ਐਂਟਰੀ ਗੇਟ ਤੇ ਲੋਬੀ ਦੇ ਮੈਨ ਐਂਟਰੀ ਗੇਟ ਦੇ ਨਾਲ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਵੀ ਮਿਲ ਜਾਣਗੀਆਂ ਰੰਗ ਬਹੁਤ ਚੰਗਾ ਇਹਨਾਂ ਨੇ ਕਰਵਾ ਰੱਖਿਆ ਹੈ ਬਾਕੀ ਦੇਖ ਰਹੇ ਹੋ ਤੁਸੀਂ ਸਾਰਾ ਲੋਬੀ ਏਰੀਆ ਆ ਗਿਆ ਤੇ ਆਪਾਂ ਨੂੰ ਬੈਡਰੂਮ ਵਧੀਆ ਮਿਲ ਜਾਣਗੇ ਤੇ ਅੰਦਰੀ ਅਟੈਚ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜੀ ਤੇ ਪਹਿਲਾ ਬੈਡਰੂਮ ਤੁਹਾਨੂੰ ਮੈਂ ਦਿਖਾ ਰਿਹਾ ਜਿਵੇਂ ਕਿ ਤੁਸੀਂ ਦੇਖ ਰਹੂ ਬਹੁਤ ਖੁੱਲਾ ਡੁੱਲਾ ਆਪਾਂ ਨੂੰ ਬੈਡਰੂਮ ਮਿਲ ਜੂਗਾ ਬਾਕੀ ਜੇ ਆਪਾਂ ਲਾਈਟਿੰਗ ਦਾ ਸਮਾਨ ਜੋ ਵੀ ਲੱਗਿਆ ਹੋਇਆ ਲਾਈਟਿੰਗ ਦਾ ਕੰਮ ਦੀ ਗੱਲ ਕਰੀਏ ਤਾਂ ਵਧੀਆ ਸਮਾਨ ਇਹਨਾਂ ਨੇ ਲਗਵਾਇਆ ਹੋਇਆ ਹੈ ਜਿਹੜਾ ਆ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਅੰਦਰ ਹੀ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਆਪਾਂ ਨੂੰ ਮਿਲ ਜੂਗੀ ਜਗ੍ਹਾ ਅੰਦਰ ਹੀ ਤੇ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇਹਨੂੰ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੀ ਕੁਝ ਬਣਾਉਣਾ ਇਹਨੂੰ ਆਪਾਂ ਬਣਾ ਸਕਦੇ ਹਾਂ ਜੇ ਆਪਾਂ ਇਹਨੂੰ ਸਟੋਰ ਰੂਮ ਬਣਾਉਣਾ ਸਟੋਰ ਰੂਮ ਬਣਾ ਸਕਦੇ ਹਾਂ ਪੂਜਾ ਰੂਮ ਬਣਾਉਣਾ ਪੂਜਾ ਰੂਮ ਬਣਾ ਸਕਦੇ ਹਾਂ ਉਹ ਆਪਣੀ ਇੱਛਾ ਜੀ ਕੀ ਕੁਝ ਆਪਾਂ ਕਿਵੇਂ ਕੁਛ ਬਣਾਉਣਾ ਹੈਗਾ ਆਪਾਂ ਮਕਾਨ ਖਰੀਦਣ ਤੋਂ ਬਾਅਦ ਬਾਕੀ ਮੇਨ ਗੱਲ ਹੈ ਰਜਿਸਟਰੀ ਵਾਲੀ ਅਜੀ ਕਿਉਂਕਿ ਰਜਿਸਟਰੀ ਬਹੁਤ ਘੱਟ ਮਿਲਦੀ ਹੈ ਕਿਉਂਕਿ ਲਾਲਕਿਰ ਦੇ ਵਿੱਚ ਜ਼ਿਆਦਾਤਰ ਮਕਾਨ ਜਾਂ ਕੂਠੀਆਂ ਹੁੰਦੀਆਂ ਪਰ ਇਹਨਾਂ ਦੀ ਲੋਕੇਸ਼ਨ ਵੀ ਵਧੀਆ ਹੈ ਤੇ ਇਹ ਜਿਹੜਾ ਘਰ ਹੈ ਆ ਵੀ ਬਹੁਤ ਚੰਗਾ ਪਨ ਮਿਲ ਜੂਗਾ ਤੇ 15 ਲੱਖ ਰੁਪਇਆ ਰੇਟ ਵੀ ਘਟ ਹੈ ਬਾਕੀ ਹੋਰ ਵੀ ਮੌਕੇ ਤੇ ਘਟ ਹੋ ਜੂਗਾ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਸਾਡੇ ਤੁਸੀਂ ਵੀਡੀਓ ਨੂੰ ਲਾਜ਼ਮੀ ਲਾਈਕ ਕਰ ਦਿਓ ਜੀ ਜੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੇ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਪਸੰਦ ਕਰਦੇ ਹੋ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਕਲਿੱਕ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਈ ਮਕਾਨ ਘਰ ਕੋਠੀ ਹੈਗੀ ਹੈ ਵੇਚਣ ਵਾਸਤੇ ਚਾਹੇ ਕਿਸੇ ਵੀ ਏਰੀਆ ਚ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਤੁਸੀਂ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਕਰਵਾ ਸਕਦੇ ਹੋ ਨਾ ਤਾਂ ਆਪਾਂ ਕੋਈ ਦਲਾਲੀ ਲੈਨੇ ਆ ਨਾ ਕੋਈ ਕਮਿਸ਼ਨ ਲੈਨੇ ਆ ਜੀ ਬਾਕੀ ਜੇ ਆਪਾਂ ਇਸ ਮਕਾਨ ਦੀ ਗੱਲ ਕਰੀਏ ਤਾਂ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਵੀ ਤੁਹਾਨੂੰ ਮਿਲ ਗਿਆ ਹੋਊਗਾ ਤੇ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚਿਆ ਕਾਦੀਆਂ ਏਰੀਆ ਚ ਹੈ ਕਾਦੀਆਂ ਤੋਂ ਬਟਾਲੇ ਰੋਡ ਤੇ ਤੇ ਨੇੜੇ ਰਾਧਾ ਸੁਆਮੀ ਸਤਸੰਗ ਘਰ ਤੇ ਉੱਥੇ ਆਪਾਂ ਨੂੰ ਮਕਾਨ ਮਿਲ ਜਾਊਗਾ ਤੇ ਕਾਦੀਆਂ ਇਹਨਾਂ ਦਾ ਏਰੀਆ ਝੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਾਲਕ ਆਪਨੇ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ 9914928571 ਇਹਨਾਂ ਦਾ ਨੰਬਰ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਗੱਲ ਤੁਸੀਂ ਮਾਲਕ ਨਾਲ ਸਿੱਧੀ ਕਰ ਸਕਦੇ ਹੋ ਤੁਸੀਂ ਸਿੱਧੀ ਗੱਲ ਇਸ ਕਰਕੇ ਕਰਨੀ ਹੈ ਜੀ ਕਿਉਂਕਿ ਆਪਣਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਹੀ ਆਪਾਂ ਕੋਈ ਦਲਾਲੀ ਲੈਨੇ ਆ ਤੇ ਸਾਰਾ ਕੰਮ ਆਪਣਾ ਜਮਾ ਫਰੀਚ ਹੈ ਤੁਸੀਂ ਆਪੇ ਮਾਲਕ ਨਾਲ ਗੱਲ ਕਰਨੀ ਹੈ ਤੇ ਆਪੇ ਜਾ ਕੇ ਮਕਾਨ ਦੇਖਣਾ ਕਿਸੇ ਨੂੰ ਵਿਚ ਵਿਚਾਲੇ ਨਹੀਂ ਪਾਉਣਾ ਤੇ ਮਾਲਕ ਦੀ ਤੁਹਾਡੀ ਸਿੱਧੀ ਗੱਲਬਾਤ ਹੋ ਜੂਗੀ ਤੇ ਤੁਸੀਂ ਦੋਵੇਂ ਮਿਲ ਕੇ ਰੇਟ ਦੀ ਗੱਲ ਕਰ ਲਓ ਅਡਜਸਟਮੈਂਟ ਕਰ ਲਓ ਰੇਟ ਮਾਲਕ ਕਹਿੰਦੇ ਸੀਗੇ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਤੇ ਰੇਟ ਅਡਜਸਟਮੈਂਟ ਕਰਕੇ ਜਿਨੇ ਵੀ ਖਰੀਦਣਾ ਖਰੀਦ ਸਕਦੇ ਹੋ ਜੇ ਤੁਸੀਂ ਆਪਦੀ ਤਸੱਲੀ ਲਈ ਤੁਸੀਂ ਆਪ ਗੱਲ ਕਰਨੀ ਹੈ ਗੱਲ ਕਰ ਲਓ ਤੇ ਆਪ ਤੁਸੀਂ ਮਤਲਬ ਕਿ ਆਪਦੇ WhatsApp ਨੰਬਰ ਤੇ ਵੀਡੀਓ ਮੰਗਵਾਉਣੀ ਆ ਤਾਂ ਵੀਡੀਓ ਤਾਂ ਬਾਕੀ ਦੇਖੇ ਲਈ ਤੁਸੀਂ ਜੇ ਆਪਦੀ ਤਸੱਲੀ ਕਰਨੀ ਹੈ ਮੰਦੀ ਤਾਂ ਤੁਸੀਂ ਮੰਗਵਾ ਵੀ ਸਕਦੇ ਹੋ ਬਾਕੀ ਜਿਹੜਾ ਤੁਹਾਨੂੰ ਮੈਂ ਨੰਬਰ ਦਿੱਤਾ ਉਹ ਸਿੱਧਾ ਮਾਲਕ ਦਾ ਨੰਬਰ ਹੈ ਤੁਹਾਡੀ ਸਿੱਧੀ ਮਾਲਕ ਨਾਲ ਗੱਲਬਾਤ ਚੀਤ ਹੋ ਹੀ ਜਾਊਗੀ ਤੇ ਮੈਨੂੰ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਹੈ ਵੀਡੀਓ ਤਾਂ ਲਾਜ਼ਮੀ ਲਾਈਕ ਕਰ ਦਿਓ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਕਿਉਂਕਿ ਰੇਟ ਵੀ ਵਧੀਆ ਹੈ ਤੇ ਜਿਹੜਾ ਮਕਾਨ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ। ਬਾਕੀ ਮੇਨ ਗੱਲ ਰਜਿਸਟਰੀ ਵਾਲੀ ਹੈ। ਤੁਹਾਨੂੰ ਪਹਿਲਾਂ ਵੀ ਮੈਂ 2-3 ਵਾਰੀ ਕਹਤਾ ਰੇਟ ਵੀ ਠੀਕ ਹੈ, ਜਗ੍ਹਾ ਵੀ ਠੀਕ ਹੈ। 6 ਮਾਰਲੇ ਜਗ੍ਹਾ ਕਾਫੀ ਹੋ ਜਾਂਦੀ ਹੈ। ਬਾਕੀ ਕਿਵੇਂ ਕੁਝ ਬਣਿਆ ਹੋਇਆ ਸਾਰਾ ਕੁਝ ਤੁਸੀਂ ਦੇਖ ਹੀ ਲਿਆ। ਤੇ ਵੀਡੀਓ ਤੋਂ ਕਿਵੇਂ ਦੇ ਲਈ ਜਰੂਰ ਦੱਸਿਓ। ਬਾਕੀ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਲਾਜ਼ਮੀ ਕਰ ਲਿਓ। ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੁਝ ਵੀ ਵੇਚਣ ਵਾਸਤੇ ਕੂਠੀਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਬਸ ਬੇਨਤੀ ਵਾਲੀ ਗੱਲ ਹੈ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆਪਣੇ ਕੋਲੇ ਜਿਵੇਂ ਤੁਸੀਂ ਦੇਖਿਆ ਹੋਊਗਾ ਬਾਹਰ ਤੋਂ ਬਣਾਉਣੀ ਇਹਨਾਂ ਨੇ ਸ਼ੁਰੂ ਕੀਤੀ ਸੀ ਪਹਿਲਾਂ ਘਰ ਦਾ ਸਾਰਾ ਫਰੰਟ ਦਿਖਾਤਾ ਤੇ ਬਿਲਕੁਲ ਆਰਾਮ ਨਾਲ ਸਾਰਾ ਕੁਝ ਵਧੀਆ ਤਰੀਕੇ ਨਾਲ ਇਹਨਾਂ ਨੇ ਦਿਖਾਇਆ ਕੱਲੀ ਕੱਲੀ ਚੀਜ਼ ਗੱਲਾ-ਕੱਲਾ ਜੋ ਵੀ ਹੈ ਜੋ ਬੈਡਰੂਮ ਬਾਥਰੂਮ ਤੇ ਡਰਾਈਂਗ ਰੂਮ ਜੋ ਕੁਝ ਵੀ ਹੈ ਕਿਚਨ ਵਗੈਰਾ ਬਣਾ ਹੋਏ ਸਾਰਾ ਕੁਝ ਬਾਰੀਸ ਰੈਨਾਂ ਨੇ ਦਿਖਾਇਆ ਤੇ ਵੀਡੀਓ ਮੈਨੂੰ ਬਹੁਤ ਚੰਗੀ ਲੱਗੀ ਇਹਨਾਂ ਨੇ ਜਿਹੜੇ ਹਿਸਾਬ ਨਾਲ ਬਣਾਈਆ ਜਿਹੜੇ ਤਰੀਕੇ ਨਾਲ ਬਣਾਈਆ ਵਧੀਆ ਲੱਗਿਆ ਮੈਨੂੰ ਤਰੀਕਾ ਗੱਲ ਐਵੇਂ ਆ ਜੀ ਵੀ ਆਪਣਾ ਜਿਹੜਾ ਘਰ ਹੁੰਦਾ ਜਾਂ ਕੋਠੀ ਮਕਾਨ ਹੁੰਦੀ ਆ ਆਹ ਕੋਈ 5-7000 ਦੀ ਗੱਲ ਤਾਂ ਹੁੰਦੀ ਨਹੀਂ ਜੇ ਆਪਾਂ ਅਗਲੇ ਨੂੰ ਵਧੀਆ ਤਰੀਕੇ ਨਾਲ ਦਿਖਾਵਾਂਗੇ ਇਹ ਵਧੀਆ ਤਰੀਕੇ ਨਾਲ ਬੰਦਾ ਦੇਖੂਆ ਜਿੰਨੇ ਖਰੀਦਣੀ ਹੁੰਦੀ ਹੈ ਤਾਂ ਉਹਨੂੰ ਜਿਆਦਾ ਵੇਟਰ ਵਧੀਆ ਤਰੀਕੇ ਨਾਲ ਪਤਾ ਲੱਗੂਗਾ ਤੇ ਜਿਆਦਾ ਰਿਸਪੌਂਸ ਮਿਲੂਗਾ ਜੀ ਤੇ ਬਾਕੀ ਹਰ ਰੋਜ਼ ਕਹਿਣਾ ਹੁਣੇ ਵੀਡੀਓ ਪ੍ਰੋਪਰ ਵਧੀਆ ਢੰਗ ਨਾਲ ਬਣਾ ਕੇ ਭੇਜਿਆ ਕਰੂੰ ਤੇ ਫੋਨ ਨੂੰ ਹਮੇਸ਼ਾ ਟੇਡਾ ਫੜ ਕੇ ਹੀ ਵੀਡੀਓ ਬਣਾਇਆ ਕਰੋ ਜੀ ਬਾਕੀ ਕਿਸੇ ਨੇ ਵੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੂ ਕਿਸੇ ਵੀ ਏਰੀਆ ਚੋਂ ਦੇਖ ਰਹੂ ਆਪਣੇ ਕੋਲੇ ਭੇਜ ਦਿਓ ਤੇ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਕੁਝ ਨਹੀਂ ਹੁੰਦਾ ਬਾਕੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਸ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਇਸੇ ਤਰ੍ਹਾਂ ਵੀਡੀਓ ਹਮੇਸ਼ਾ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਮਿਲਦੇ ਹਾਂ ਜਲਦੀ ਤੇ ਤੁਸੀਂ ਕਿਹੜੇ ਏਰੀਆ ਤੋਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਸੀਂ ਕਮੈਂਟ ਲਾਜ਼ਮੀ ਕਰਿਓ ਜੀ ਬਾਕੀ ਮਿਲਦੇ ਹਾਂ ਜਲਦੀ ਜੀ ਆਪਾਂ ਤੇ ਸ਼ੁਕਰੀਆ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਵਾਸਤੇ